ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਟੋਇਟਾ ਕੈਸਲ ਜਲੰਧਰ ਵੱਲੋਂ ਅੱਜ ਤੁਹਾਨੂੰ ਟੋਇਟਾ ਹਾਇਲੈਕਸ ਦਾ ਇਲੈਕਟ੍ਰੋਨਿਕ ਡਰਾਈਵ ਕੰਟਰੋਲ ਜਿਹੜਾ ਹੈਗਾ ਉਹਦੇ ਬਾਰੇ ਦੱਸਣ ਜਾ ਰਿਹਾ। ਇਲੈਕਟ੍ਰੋਨਿਕ ਡਰਾਈਵ ਕੰਟਰੋਲ ਦਾ ਜਿਹੜਾ ਸਵਿੱਚ ਹੈ ਉਹ ਇਹ ਹੈ H2 ਹਾਈ ਸਪੀਡ 2-wheel ਡਰਾਈਵ। ਤੁਸੀਂ ਆਪਣੀ ਕਾਰ ਪਲੇਨ ਸਰਫੇਸ ਦੇ ਉੱਤੇ ਔਰ ਹਾਈਵੇਜ਼ ਦੇ ਉੱਤੇ ਅਗਰ ਸਿਟੀ ਡਰਾਈਵ ਦੇ ਵਿੱਚ ਤੁਸੀਂ ਚਲਾਉਂਦੇ ਹੋ ਤੁਸੀਂ ਇਹਦੇ 'ਤੇ ਰੱਖ ਸਕਦੇ ਹੋ। H4 ਜਿਸ ਵੇਲੇ ਹਾਈ ਸਪੀਡ 4-wheel ਡਰਾਈਵ ਮਤਲਬ ਚਾਰੋਂ ਚੱਕਿਆਂ ਦੇ ਵਿੱਚ ਪਾਵਰ ਚਾਹੀਦੀ ਹੈ ਅਸੀਂ ਸਾਨੂੰ ਉਸ ਵੇਲੇ ਅਸੀਂ ਇਹਨੂੰ ਯੂਟੀਲਾਈਜੇਸ਼ਨ ਕਰ ਸਕਦੇ ਹਾਂ। L4 ਜਿਸ ਵੇਲੇ ਕੁਛ ਐਕਸਟ੍ਰੀਮ ਮੱਡ ਵਗੈਰਾ ਜਾਂ ਐਕਸਟ੍ਰੀਮ ਸਲੱਸ਼ ਵਗੈਰਾ ਹੈਗਾ ਜਿੱਥੇ ਤੁਹਾਨੂੰ ਕਾਰ ਦੇ ਟੋਰਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਸ ਜਗ੍ਹਾ ਦੇ ਉੱਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਹੁਣ ਇਹ ਕਿਸ ਤਰ੍ਹਾਂ ਚੱਲੇਗਾ ਨੋਰਮਲ ਡਰਾਈਵ ਦੇ ਵਿੱਚ ਅਗਰ ਆਪਾਂ ਡਰਾਈਵ ਕਰ ਰਹੇ ਹਾਂ H2 ਦੇ ਉੱਤੇ ਹੀ ਰਹੇਗਾ ਇਹਦਾ ਸਵਿੱਚ ਜਿਹੜਾ। H4 ਕਾਰ ਡਰਾਈਵ ਹੁੰਦੇ ਹੋਏ ਵੀ ਤੁਸੀਂ ਇਹਨੂੰ ਇੰਗੇਜ ਡਿਸਇੰਗੇਜ ਕਰ ਸਕਦੇ ਹੋ। H4 ਦੇ ਵਿੱਚ ਤੁਹਾਨੂੰ ਲਿਆਉਣ ਦੇ ਲਈ ਕਾਰ ਰੋਕਣੀ ਨਹੀਂ ਪਏਗੀ। H4 ਜਿਸ ਵੇਲੇ ਤੁਸੀਂ ਚੱਲਦੇ ਹੋਏ ਉਸ ਵੇਲੇ ਯੂਜ਼ ਕਰੋ। ਔਰ ਅਗਰ ਤੁਸੀਂ L4 ਦੇ ਵਿੱਚ ਜਾਣਾ ਗੇਅਰ ਲੀਵਰ ਆਪਣਾ ਨਿਊਟਰਲ ਦੇ ਵਿੱਚ ਆਵੇ ਗੱਡੀ ਖੜੀ ਕਰੋ ਉਸ ਤੋਂ ਬਾਅਦ ਇਹਨੂੰ ਪ੍ਰੈਸ ਕਰਕੇ ਪੁਸ਼ ਅੰਦਰ ਨੂੰ ਕਰਕੇ ਉਸ ਤੋਂ ਬਾਅਦ ਇਹਨੂੰ ਘੁਮਾਓਗੇ L4 ਲੱਗ ਜਾਏਗਾ। ਥੈਂਕ ਯੂ।